ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਸਾਡੀ ਅੱਜ ਦੀ ਕਵਿਤਾ ਹੈ ਅੱਜ ਆਖਾਂ ਵਾਰਿਸ ਸ਼ਾਹ ਨੂੰ ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਇਆ ਹੋਵੇ ਜਿਸ ਨੇ ਅਮ੍ਰਿਤਾ ਪ੍ਰੀਤਮ ਦੀ ਇਹ ਕਵਿਤਾ ਪੜ੍ਹੀ ਜਾਂ ਸੁਣੀ ਨਾ ਹੋਵੇਗੀ ਇਹ ਕਵਿਤਾ ਆਜ ਆਖਾਂ ਵਾਰਿਸ ਸ਼ਾਹ ਨੂੰ ਅਮ੍ਰਿਤਾ ਪ੍ਰੀਤਮ ਦੁਆਰਾ ਲਿਖੀ ਗਈ ਹੈ ਇਸ ਵਿੱਚ ਕਵਿਤਰੀ ਨੇ 1947 ਦੀ ਵੰਡ ਦੇ ਸਮੇਂ ਦੇ ਦੁਖਾਂਤ ਦੇ ਸਮੇਂ ਪੰਜਾਬ ਦੇ ਲੋਕਾਂ ਦੀ ਜੋ ਤਰਾਸਤਿਕ ਸਥਿਤੀ ਸੀ ਉਸ ਨੂੰ ਕਾਵਿਕ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਹੈ ਜਿਹੜੀ ਫਿਰਕੇ ਫਿਰਕੂ ਪੁਣੇ ਦੀ ਅੱਗ ਦਾ ਸ਼ਿਕਾਰ ਹੋਈ ਕਵਿਤਰੀ ਨੇ ਵਾਰਸ਼ਾ ਨੂੰ ਸੰਬੋਧਨ ਕੀਤਾ ਹੈ ਕਿ ਪੰਜਾਬ ਵਿੱਚੋਂ ਪਿਆਰ ਦੀਆਂ ਗੱਲਾਂ ਖਤਮ ਹੋ ਗਈਆਂ ਹਨ ਪੰਜਾਬੀ ਸੱਭਿਆਚਾਰ ਤਰੰਝਨ ਖੁਸ਼ਹਾਲੀ ਸਭ ਖਤਮ ਜਿਹਾ ਹੋ ਗਿਆ ਹੈ ਇਸ ਦੁਖਾਂਤਕ ਵਾਤਾਵਰਣ ਵਿੱਚ ਪੰਜਾਬੀ ਗੱਭਰੂ ਆਪਣੇ ਸੰਸਕਾਰ ਭੁੱਲ ਕੇ ਇਸਤਰੀ ਦੀ ਬੇਪਤੀ ਕਰਨ ਲੱਗੇ ਹਨ ਉਹਨਾਂ ਨੂੰ ਆਪਣੇ ਜ਼ੁਲਮ ਦਾ ਸ਼ਿਕਾਰ ਬਣਾ ਰਹੇ ਹਨ ਕਵਿਤਰੀ ਆਪਣਾ ਦਰਦ ਸਾਂਝਾ ਕਰਦੇ ਹੋਏ ਕਹਿੰਦੀ ਹੈ ਕਿ ਕੋਈ ਵਾਰਸ ਸ਼ਾਹ ਹੋਵੇ ਜਿਹੜਾ ਪੰਜਾਬੀਆਂ ਦੇ ਦੁੱਖ ਦਰਦ ਨੂੰ ਵੰਡਾਵੇ ਸੋ ਕਵਿਤਾ ਇਸ ਤਰ੍ਹਾਂ ਹੈ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਕਵਿਤਰੀ ਕਹਿੰਦੀ ਹੈ ਕਿ ਅੱਜ ਵਾਰਿਸ ਸ਼ਾਹ ਕਿਤੋਂ ਕਬਰਾਂ ਵਿੱਚੋਂ ਬੋਲੇ ਤੇ ਇਸ਼ਕ ਦੀ ਕਿਤਾਬ ਦਾ ਕੋਈ ਅਗਲਾ ਵਰਕਾ ਫੋਲ ਕੇ ਪਿਆਰ ਦਾ ਗੀਤ ਗਾਵੇ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵਹਿਣ ਅੱਜ ਲੱਖਾਂ ਧੀਆ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ ਕਵਿਤਰੀ ਕਹਿੰਦੀ ਹੈ ਕਿ ਪੰਜਾਬੀ ਦੀ ਪੰਜਾਬ ਦੀ ਇੱਕ ਤੀ ਹੀਰ ਨੂੰ ਜਦੋਂ ਰਾਜੇ ਨਾਲੋਂ ਅਲੱਗ ਕਰ ਦਿੱਤਾ ਸੀ ਤਾਂ ਉਸ ਦੇ ਦਰਦ ਨੂੰ ਤੂੰ ਵੈਣਾ ਵਿੱਚ ਬਿਆਨ ਕੀਤਾ ਸੀ ਪਰ ਅੱਜ ਪੰਜਾਬ ਦੇ ਹਾਲਾਤਾਂ ਕਾਰਨ ਲੱਖਾਂ ਧੀਆ ਜਿਨ੍ਹਾਂ ਵਿੱਚ ਕਿਸੇ ਦਾ ਭਰਾ ਕਿਸੇ ਦਾ ਪਤੀ ਕਿਸੇ ਦਾ ਪ੍ਰੇਮੀ ਸਭ ਮਾਰੇ ਗਏ ਹਨ ਅੱਜ ਉਹ ਤੈਨੂੰ ਸਾਰੀਆਂ ਹੀ ਪੁਕਾਰ ਰਹੀਆਂ ਹਨ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ ਵੇ ਦਰਦਮੰਦਾਂ ਦੇ ਆ ਦਰਦੀਆ ਉਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਜਨਾਬ ਕਵਿਤਰੀ ਵਾਰਿਸ ਸ਼ਾਹ ਨੂੰ ਸੰਬੋਧਨ ਕਰਦੇ ਹੋਏ ਕਹਿੰਦੀ ਹੈ ਕਿ ਤੂੰ ਤਾਂ ਦਰਦਮੰਦ ਲੋਕਾਂ ਦਾ ਦੁੱਖ ਦੂਰ ਕਰਨ ਵਾਲਾ ਹੈ ਅੱਜ ਆਪਣੇ ਪੰਜਾਬ ਦੀ ਹਾਲਤ ਵੇਖ ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਪਰੀ ਜਨਾਬ ਕਹਿੰਦਾ ਜਿਨ੍ਹਾਂ ਜੰਗਲਾਂ ਬੇਲਿਆਂ ਵਿੱਚ ਪਿਆਰ ਪੜਦਾ ਸੀ ਅੱਜ ਉੱਥੇ ਲਾਸ਼ਾਂ ਵਿਛੀਆਂ ਹੋਈਆਂ ਹਨ ਜਨਾਬ ਜਿਸ ਨੂੰ ਪਿਆਰ ਦਾ ਦਰਿਆ ਕਿਹਾ ਜਾਂਦਾ ਸੀ ਅੱਜ ਉਹ ਲਹੂ ਦੇ ਨਾਲ ਭਰਿਆ ਪਿਆ ਹੈ ਕਿਸੇ ਨੇ ਪੰਜਾਬ ਪਾਣੀਆਂ ਵਿੱਚ ਦਿੱਤਾ ਜ਼ਹਿਰ ਰਲਾ ਤੇ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ ਕਹਿੰਦਾ ਪੰਜਾਬ ਜੋ ਪੰਜ ਪਾਣੀਆਂ ਦੀ ਧਰਤੀ ਹੈ ਲੱਗਦਾ ਹੈ ਕਿ ਕਿਸੇ ਨੇ ਉਸ ਵਿੱਚ ਨਫ਼ਰਤ ਦੀ ਜ਼ਹਿਰ ਮਿਲਾ ਦਿੱਤੀ ਹੈ ਤੇ ਉਹੀ ਪਾਣੀ ਪੰਜਾਬ ਦੀ ਸਾਰੀ ਧਰਤੀ ਨੂੰ ਲਾ ਦਿੱਤਾ ਗਿਆ ਹੈ ਪਾਵ ਸਾਰੀ ਥਾਂ ਦੇ ਉੱਪਰ ਜ਼ਹਿਰ ਫੈਲ ਗਿਆ ਹੈ ਜ਼ਹਿਰ ਵੀ ਕਿਹੜਾ ਫਿਰਕਾ پرستੀ ਦਾ ਇਸ ਜ਼ਰਖੇਜ਼ ਜ਼ਮੀਨ ਦੇ ਲੂ ਲੂ ਫੁੱਟਿਆ ਜ਼ਹਿਰ ਕਹਿੰਦਾ ਪੰਜਾਬ ਦੀ ਜਿਹੜੀ ਧਰਤੀ ਹੈ ਜਿਹੜੀ ਉਪਜਾਊ ਮੰਨੀ ਜਾਂਦੀ ਸੀ ਉਸ ਦੇ ਵਿੱਚੋਂ ਜ਼ਹਿਰ ਫੁੱਟਣਾ ਸ਼ੁਰੂ ਹੋ ਗਿਆ ਹੈ ਗਿੱਟ ਗਿੱਟ ਚੜੀਆਂ ਲਾਲੀਆਂ ਫੁੱਟ ਫੁੱਟ ਚੜਿਆ ਕਹਿਰ ਕਹਿੰਦਾ ਜਿਹੜਾ ਫਿਰਕਾ ਪ੍ਰਸਤੀ ਦਾ ਜ਼ਹਿਰ ਹੈ ਚਾਰੇ ਪਾਸੇ ਫੈਲ ਗਿਆ ਕਹ ਕਹਿੰਦੇ ਨੇ ਨਾ ਕਿ ਜਦੋਂ ਕਿਸੇ ਦੇ ਅੰਦਰ ਨਫ਼ਰਤ ਦਾ ਗੁਬਾਰ ਭਰਿਆ ਹੁੰਦਾ ਤਾਂ ਉਸ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਤੇ ਉਸ ਦੁਆਰਾ ਕੀਤਾ ਜਾਣ ਵਾਲਾ ਹਰ ਕੰਮ ਜਿਹੜਾ ਨਾ ਉਹ ਗਲਤ ਹੀ ਹੁੰਦਾ ਤੇ ਉਹ ਕਹਿਰ ਹੀ ਵਰਸਾਉਂਦਾ ਨੰਬਾ ਇਸੇ ਤਰ੍ਹਾਂ ਨਾਲ ਜਿਹੜਾ ਫਿਰਕਾ ਪ੍ਰਸਤੀ ਦਾ ਜ਼ਹਿਰ ਸੀ ਉਹ ਚਾਰੇ ਪਾਸੇ ਕਹਿਰ ਬਣ ਕੇ ਫੁੱਟ ਰਿਹਾ ਸੀ ਵਿਹੋ ਵਿਲੇ ਸੀ ਵਾ ਫਿਰ ਵਣ ਵਣ ਬਗੀਚਾ ਉਹਨੇ ਹਰ ਇੱਕ ਬਾਸ ਦੀ ਵੰਝਲੀ ਦਿੱਤੀ ਨਾਗ ਬਣਾ ਤੇ ਮੈਂ ਨਫਰਤ ਨਾਲ ਭਰੀ ਹੋਈ ਹਵਾ ਹਰ ਥਾਂ ਚੱਲਣ ਲੱਗੀ ਜਿਹੜੀ ਬਾਸ ਦੀ ਬਣੀ ਬਾਂਸੂਰੀ ਜਾਂ ਵੰਝਲੀ ਚੰਗੀਆਂ ਸੁਰਾਂ ਆਲਬਦੀ ਸੀ ਉਹ ਵੀ ਇਸ ਨਫ਼ਰਤ ਦੀ ਹਵਾ ਕਾਰਨ नाग ਦਾ ਰੂਪ ਧਾਰਨ ਕਰ ਗਈ ਫਿਰ ਕੀ ਹੋਇਆ ਪਹਿਲੇ ਡੰਗ ਮਦਾਰੀਆਂ ਮੰਤਰ ਗਏ ਗਵਾਚ ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਕ ਹੁਣ ਕੀ ਹੁੰਦਾ ਹੈ ਕਿ ਜਦੋਂ ਵੀ ਕੋਈ ਆਫਤ ਆਂਦੀ ਹੈ ਕੋਈ ਮੁਸੀਬਤ ਆਂਦੀ ਹੈ ਤਾਂ ਉਸ ਦਾ ਹੱਲ ਕਰਨ ਵਾਲੇ ਆ ਗੂ ਹੁੰਦੇ ਆ ਮੋਢੀ ਹੁੰਦੇ ਆ ਪਰ ਜੇ ਉਹ ਆਪ ਹੀ ਉਸ ਦਾ ਸ਼ਿਕਾਰ ਹੋ ਜਾਂ ਤਾਂ ਫੇਰ ਲੋਕਾਂ ਦਾ ਕੌਣ ਰਖਵਾਲਾ ਬਣੇਗਾ ਕਹਿੰਦਾ ਪਹਿਲੇ ਡੰਗ ਮਦਾਰੀਆਂ ਸਭ ਤੋਂ ਪਹਿਲਾਂ ਉਹਨਾਂ ਨੇ ਰਾਜਸੀ ਧਾਰਮਿਕ ਨੇਤਾਵਾਂ ਨੂੰ ਆਪਣਾ ਸ਼ਿਕਾਰ ਬਣਾਇਆ ਮੰਤਰ ਗਏ ਗਵਾਚ ਕਹਿੰਦਾ ਫੇਰ ਸਾਰੇ ਹੀ ਮੰਤਰ ਜਿਹੜੇ ਨੇ ਉਹਨਾਂ ਨੂੰ ਭੁੱਲ ਗਏ ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ ਕੀ ਹੁੰਦਾ ਜਦੋਂ ਕੋਈ ਜਦੋਂ ਸੱਪ ਡੰਗਦਾ ਨਾ ਤੇ ਜੇਕਰ ਕੋਈ ਦੂਜਾ ਵੀ ਉਸ ਨੂੰ ਕਿਸੇ ਪ੍ਰਕਾਰ ਨਾਲ ਠੀਕ ਕਰਨਾ ਚਾਹੁੰਦਾ ਤਾਂ ਉਸ ਨੂੰ ਵੀ ਜ਼ਹਿਰ ਚੜਨ ਦੀ ਜਿਹੜੀ ਸੰਭਾਵਨਾ ਉਹ ਵੱਧ ਜਾਂਦੀ ਹੈ ਕਹਿੰਦਾ ਇਸੇ ਤਰ੍ਹਾਂ ਨਾਲ ਸਾਰੇ ਹੀ ਲੋਕ ਜਿਹੜੇ ਨੇ ਉਹ ਇੱਕ ਦੂਜੇ ਨੂੰ ਪ੍ਰਭਾਵਿਤ ਕਰਨ ਲੱਗੇ ਨਾਗਾ ਕੀਲੇ ਲੋਕ ਮੂੰਹ ਬਸ ਫੇਰ ਡੰਗ ਹੀ ਡੰਗ ਪਲੋਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ ਕੰਨਾ ਮੂੰਹ ਜਿਹੜੇ ਨਾਲ ਸੀ ਫਿਰਕਾ ਪ੍ਰਸਤੀ ਦੇ 나ਗ ਉਹਨਾਂ ਨੇ ਲੋਕਾਂ ਦੇ ਮੂੰਹ ਕੀ ਲਏ ਫਿਰ ਸਾਰੇ ਪਾਸੇ ਜ਼ਹਿਰ ਫੈਲਣ ਲੱਗਿਆ ਭਾਵ ਪੰਜਾਬ ਵਿੱਚੋਂ ਇਨਸਾਨੀਅਤ ਨਾਂ ਦੀ ਚੀਜ਼ ਖਤਮ ਹੋ ਗਈ ਕਿਉਂਕਿ ਪੰਜਾਬ ਦੇ ਨੀਲੇ ਪੈ ਗਏ ਅੰਗ ਤੋਂ ਭਾਵ ਕਿ ਸਾਰਾ ਜਦੁੱਜ ਅੰਗ ਜਿਹੜੇ ਨੇ ਨੀਲੇ ਪੈ ਜਾਂ ਤਾਂ ਜ਼ਹਿਰ ਫੈਲਣ ਦੀ ਜਿਹੜੀ ਸੰਭਾਵਨਾ ਉਹ ਵੱਧ ਜਾਂਦੀ ਹੈ ਸੋ ਇਸੇ ਤਰ੍ਹਾਂ ਨਾਲ ਜਿਹੜਾ ਨਫ਼ਰਤ ਦਾ ਜ਼ਹਿਰ ਸੀ ਕੋਸਲੇ ਇਨਸਾਨੀਅਤ ਨਾਂ ਦੀ ਜਿਹੜੀ ਚੀਜ਼ ਆ ਉਸ ਨੂੰ ਖਤਮ ਕਰ ਦਿੱਤਾ ਫਿਰ ਉਸ ਤੋਂ ਬਾਅਦ ਪੰਜਾਬ ਦੀ ਹੋਰ ਤਰਾਸ ਤੇ ਖਲਤ ਹੋ ਗਈ ਕਿ ਗਲਿਓ ਟੁੱਟੇ ਗੀਤ ਫਿਰ ਤਰਕਲਿਓ ਟੁੱਟੀ ਤੰਦ ਤਿਰੰਜਨੋਂ ਟੁੱਟੀਆਂ ਸਹੇਲੀਆਂ ਚਰਖੜੇ ਕੁਕਰ ਬੰਦ ਕਹਿੰਦਾ ਪੰਜਾਬ ਦੀ ਹਾਲਤ ਐ ਹੋਜੇ ਹੋ ਗਏ ਕਿ ਜਿੱਥੇ ਪਿਆਰ ਦੇ ਗੀਤ ਗਾਏ ਜਾਂਦੇ ਸੀ ਉਹ ਗੀਤ ਉਹਨਾਂ ਨੂੰ ਬਿਸਰ ਗਏ ਤਿਰੰਜਨਾਂ ਵਿੱਚ ਚਰਖਾ ਕੱਤਿਆ ਜਾਂਦਾ ਸੀ ਆਵਾਜ਼ਾਂ ਆਉਂਦੀਆਂ ਸੀ ਚਰਖੇ ਦੀ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਸੀ ਕਹਿੰਦਾ ਉਹ ਆਵਾਜ਼ ਬੰਦ ਹੋ ਗਈ ਤਿਰੰਜਨੋਂ ਟੁੱਟੀਆਂ ਸਹੇਲੀਆਂ ਜਿਹੜੀਆਂ ਕੁੜੀਆਂ ਤਿਰੰਜਨਾਂ ਦੇ ਵਿੱਚ ਬੈਠ ਕੇ ਚਰਖਾ ਕੱਤਦੀਆਂ ਸੀ ਕਹਿੰਦਾ ਉਹ ਸਾਰਾ ਕੁਝ ਖਤਮ ਹੋ ਗਿਆ ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ ਹੁਣ ਲੁੱਡਣ ਕੌਣ ਸੀ ਕਮਲਾ ਸੀ ਕਹਿੰਦਾ ਜਿਹੜਾ ਪ੍ਰੇਮੀਆਂ ਨੂੰ ਦਰਿਆ ਪਾਰ ਕਰਵਾਉਂਦਾ ਸੀ ਕਹਿੰਦਾ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਉਸ ਨੇ ਉਸ ਲੁੱਡਣ ਮਲਾ ਨੇ ਫੁੱਲਾਂ ਨਾਲ ਪਰੀ ਹੋਈ ਬੇੜੀ ਜਿਹੜੀ ਐ ਉਸ ਨੂੰ ਆਪ ਹੀ ਦਰਿਆ ਦੇ ਵਿੱਚ ਰੋੜ ਦਿੱਤਾ ਹੋਵੇ ਸਣੇ ਡਾਲੀਆਂ ਪਿੰਗ ਅਜ ਪਿਪਲਾਂ ਦਿੱਤੀ ਤੋੜ ਕਹਿੰਦਾ ਫਿਰ ਉਸੇ ਤਰ੍ਹਾਂ ਹੀ ਕਿ ਜਿਵੇਂ ਪਿਪਲਾਂ ਉੱਤੇ ਪਿੰਗਾ ਪਾਈਆਂ ਜਾਂਦੀਆਂ ਸਨ ਤੇ ਇਸ ਤਰ੍ਹਾਂ ਲੱਗਦਾ ਸੀ ਕਿ ਪਿਪਲਾਂ ਨੇ ਆਪ ਹੀ ਪਿੰਗਾ ਨੂੰ ਟਾਣੀਆਂ ਸਮੇਤ ਤੋੜ ਦਿੱਤਾ ਹੋਵੇ ਜਿੱਥੇ ਵੱਜਦੀ ਸੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗਵਾਚ ਕਹਿੰਦਾ ਪੰਜਾਬ ਦੇ ਹਾਲਾਤਾਂ ਦੀ ਗੱਲ ਕੀਤੀ ਹੈ ਕਿ ਜਿੱਥੇ ਪਿਆਰ ਦੇ ਗੀਤ ਗਾਏ ਜਾਂਦੇ ਸੀ ਪਿਆਰ ਦੀ ਵੰਝਲੀ ਵਜਾਈ ਜਾਂਦੀ ਸੀ ਉਹ ਵੰਝਲੀ ਕਿਧਰੇ ਗਵਾਚ ਗਈ ਹੈ ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਹਦੀ ਜਾਂਚ ਰਾਂਝਾ ਜਿਸ ਨੂੰ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਕਹਿੰਦਾ ਲੱਗਦਾ ਹੈ ਕਿ ਰਾਂਝੇ ਦੇ ਭਰਾ ਭਰਾ ਪੰਜਾਬ ਦੇ ਨੌਜਵਾਨ ਪਿਆਰ ਦੀ ਜਿਹੜੀ ਜਾਂਚ ਆ ਉਸ ਨੂੰ ਭੁੱਲ ਗਏ ਤਰਤੀ ਤੇ ਲਹੂ ਵਸਿਆ ਕਬਰਾਂ ਪਈਆਂ ਚੋਣ ਪ੍ਰੀਤ ਦੀਆਂ ਸ਼ਹਿਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ ਮਤਲਬ ਫਿਰ ਉਸਨੇ ਕੀ ਗੱਲ ਕੀਤੀ ਹੈ ਕਿ ਤਰਤੀ ਤੇ ਜਦੋਂ 1947 ਵੇਲੇ ਵੰਡ ਹੋਈ ਤਾਂ ਤਰਤੀ ਤੇ ਇੰਨਾ ਲਹੂ ਡੁੱਲਿਆ ਕਿ ਕਬਰਾਂ ਵਿੱਚੋਂ ਵੀ ਖੂਨ ਜਿਹੜਾ ਹੈ ਲਹੂ ਜਿਹੜਾ ਉਹ ਬਾਹਰ ਆਉਣ ਲੱਗਿਆ ਤੇ ਕਬਰਾਂ ਦੇ ਵਿੱਚ ਸਮਾਈਆਂ ਹੋਈਆਂ ਪ੍ਰੀਤ ਦੀਆਂ ਸ਼ਹਿਜ਼ਾਦੀਆਂ ਸੱਸੀ ਹੀਰ ਸਹਿਬਾਂ ਤੇ ਉਸ ਵਰਗੀਆਂ ਨੇ ਕਹੀਂ ਹੋਰ ਜਿਹੜੀਆਂ ਔਰਤਾਂ ਸੀ ਉਹ ਵਿਰਲਾਪ ਕਰ ਰਹੀਆਂ ਸੀ ਰੋ ਰਹੀਆਂ ਸੀ ਅੱਜ ਸਭੇ ਕੈਦੋਂ ਬਣ ਗਏ ਹੁਸਨ ਇਸ਼ਕ ਦੇ ਚੋਰ ਕਹਿੰਦੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਉਹਨਾਂ ਨੇ ਕੈਦੋਂ ਦਾ ਰੂਪਤਾਰਨ ਕਰ ਲਿਆ ਪਾ ਉਹ ਹੁਸਨ ਇਸ਼ਕ ਦੇ ਚੋਰ ਬਣ ਗਏ ਨੇ ਫਿਰ ਕਵਿਤਰੀ ਆਪਣੀ ਇੱਛਾ ਆਪਣਾ ਦਰਦ ਬਿਆਨ ਕਰਦੀ ਹੈ ਕਿ ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇੱਕ ਹੋਰ ਕਿੰ ਵਿਏ ਗੇ ਪਿਆਰ ਦਾ ਦਰਦ ਸਮਝਣ ਵਾਲਾ ਇੱਕ ਹੋਰ ਵਾਰਿਸ ਸ਼ਾਹ ਹੁਣ ਕਿੱਥੋਂ ਲੱਭ ਕੇ ਲਿਆਈਏ ਅੱਜ ਆਖਾਂ ਵਾਰਿਸ ਸ਼ਾਹ ਨੂੰ ਤੂੰ ਹੈਂ ਕਬਰਾਂ ਵਿੱਚੋਂ ਬੋਲ ਕਵਿਤਰੀ ਕਹਿੰਦੀ ਐ ਕਿ ਅੱਜ ਵਾਰਿਸ ਸ਼ਾਹ ਮੈਂ ਤੈਨੂੰ ਹੀ ਕਹਿੰਦੀ ਆ ਕਿ ਤੂੰ ਹੀ ਕਬਰਾਂ ਦੇ ਵਿੱਚੋਂ ਬਾਹਰ ਆ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਤੇ ਫੇਰ ਆਕੇ ਇਸ਼ਕ ਦੇ ਕਿਤਾਬ ਦਾ ਕੋਈ ਅਗਲਾ ਵਰਕਾ ਖੋਲ ਅਗਲਾ ਵਰਕਾ ਖੋਲ ਜਿਹੜਾ ਪੰਜਾਬੀਆਂ ਨੂੰ ਪਿਆਰ ਕਰਨਾ ਸਿਖਾਵੇ ਸੋ ਮੈਨੂੰ ਉਮੀਦ ਹੈ ਵੀ ਤੁਹਾਨੂੰ ਜਿਹੜੀ ਇਹ ਕਵਿਤਾ ਹੈ ਇਸ ਦੇ ਪਾਵਰਥ ਸਰਲ ਰੂਪ ਵਿੱਚ ਜਰੂਰ ਸਮਝ ਆ ਗਏ ਹੋਣਗੇ ਧੰਨਵਾਦ